ਸਸ ਸਿਕਲ ਦੋਸਤੋ ਮੈਂ ਸੀਪੀ ਕੰਬੋਜ ਤੁਸੀਂ ਦੇਖ ਰਹੇ ਹੋ ਸੀਟੈਕ ਪੰਜਾਬੀ ਦੋਸਤੋ ਤੁਹਾਨੂੰ ਪਤਾ ਹੈ ਕਿ ਅਸੀਂ ਐਮਸੀਕਿਊ ਕੰਪਿਊਟਰ ਦੇ ਐਮਸੀਕਿਊ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਿਆ ਹੋਇਆ ਹੈ ਅੱਜ ਅਸੀਂ 7ਵੀਂ ਕਿਸ਼ਤ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਕੰਪਿਊਟਰ ਦੇ ਨਾਲ ਸੰਬੰਧਿਤ ਇੰਪੋਰਟੈਂਟ ਸਵਾਲ ਜਵਾਬ ਤੁਹਾਡੇ ਨਾਲ ਸਾਂਝੇ ਕਰਾਂਗੇ ਔਰ ਤੁਸੀਂ ਜਾਣਦੇ ਹੋ ਕਿ 10 ਸਵਾਲ ਅਸੀਂ ਸਾਂਝੇ ਕਰਦੇ ਹਾਂ ਪਰ ਇਹਨਾਂ 10 ਸਵਾਲਾਂ ਦੇ ਵਿੱਚ ਅਸੀਂ 40-50 ਕੁਐਸਚਨ ਜਿਹੜੇ ਨੇ ਇੰਪੋਰਟੈਂਟ ਕੁਐਸਚਨ ਉਹ ਵੀ ਨਾਲ ਕਵਰ ਕਰ ਲੈਣੇ ਆ। ਲਓ ਚਲਦੇ ਆ ਪਹਿਲੇ ਸਵਾਲ ਵੱਲ ਪਹਿਲੇ ਸਵਾਲ ਵੱਲ ਜਾਣ ਤੋਂ ਪਹਿਲਾਂ ਇੱਕ ਗੁਜਾਰਸ਼ ਕੀ ਜੇ ਤੁਸੀਂ ਇਸ ਚੈਨਲ ਉੱਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਦੇ ਅੰਤ ਵਿੱਚ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਪਹਿਲਾ ਸਵਾਲ ਹੈ ਜੀ ਦੋਸਤੋ ਇਹਦਾ ਈਮੇਲ ਪ੍ਰੋਗਰਾਮ ਦਾ ਫੋਲਡਰ ਰੀਟੇਨਸ ਕਾਪੀ ਆਫ ਮੈਸੇਜ ਦੈਟ ਯੂ ਹੈਵ ਸਟਾਰਟਡ ਬਟ ਆਰ ਨਾਟ ਯੈਟ ਰੈਡੀ ਟੂ ਸੈਂਡ ਮਤਲਬ ਇਹ ਦੋਸਤੋ ਕਿ ਈਮੇਲ ਪ੍ਰੋਗਰਾਮ ਦੇ ਵਿੱਚ ਇੱਕ ਫੋਲਡਰ ਹੁੰਦਾ ਜਿਸ ਫੋਲਡਰ ਦੇ ਵਿੱਚ ਇੱਕ ਕਾਪੀ ਬਣ ਜਾਂਦੀ ਹੈ ਕਿਸ ਚੀਜ਼ ਦੀ ਕਾਪੀ ਬਣ ਜਾਂਦੀ ਹੈ ਉਹ ਮੈਸੇਜ ਜਿਹੜਾ ਤੁਸੀਂ ਸਟਾਰਟ ਕੀਤਾ ਸੀ ਲਿਖਣਾ ਪਰ ਹੁਣੇ ਤਿਆਰ ਨਹੀਂ ਹੈ ਭੇਜਣ ਦੇ ਲਈ ਯਾਨੀ ਕਿ ਉਹਦੀ ਰਫ ਜਿਹੜੀ ਹੈ ਉਹ ਕਾਪੀ ਤੁਹਾਡੀ ਸੇਵ ਹੋ ਜਾਂਦੀ ਹੈ ਕਿਹੜੇ ਫੋਲਡਰ ਦੇ ਵਿੱਚ ਹੁੰਦੀ ਹੈ ਦੋਸਤੋ ਉਸ ਫੋਲਡਰ ਦਾ ਨਾਮ ਹੈ ਦੋਸਤੋ ਡਰਾਫਟ ਸੋ ਯਾਦ ਰੱਖਣਾ ਹੈ ਡਰਾਫਟ ਦਾ ਮਤਲਬ ਵੀ ਇਹੀ ਹੁੰਦਾ ਹੈ ਕਿ ਰਫ ਕਾਪੀ ਸੋ ਜਿਹਨੂੰ ਤੁਸੀਂ ਸੈਂਡ ਨਹੀਂ ਕੀਤਾ ਪਰ ਮੈਸੇਜ ਨੂੰ ਤਿਆਰ ਕਰ ਲਿਆ ਸੋ ਕਿਸੇ ਕਾਰਨ ਕਰਕੇ ਤੁਸੀਂ ਉਹਨੂੰ ਜੇ ਸੈਂਡ ਨਹੀਂ ਕੀਤਾ ਤੇ ਡਰਾਫਟ ਦੇ ਵਿੱਚ ਸੇਵ ਹੋਏਗੀ ਆ ਦੇਖਦੇ ਆ ਬਾਕੀ ਕਮਾਂਡਸ ਦੇ ਬਾਰੇ ਕੰਪੋਜ਼ ਕਮਾਂਡ ਦੀ ਵਰਤੋਂ ਅਸੀਂ ਯੂਜ਼ ਕਰਦੇ ਹਾਂ ਜਦੋਂ ਨਵੀਂ ਈਮੇਲ ਬਣਾਉਣੀ ਹੋਵੇ ਜਦੋਂ ਕੋਈ ਮੈਸੇਜ ਬਣਾਉਣਾ ਹੈ ਤੋ ਉਸ ਟਾਈਮ ਕੰਪੋਜ਼ ਦੀ ਵਰਤੋਂ ਕਰਦੇ ਹਾਂ ਔਰ ਤੁਹਾਨੂੰ ਪਤਾ ਹੈ ਕਿ ਜਿੰਨੀਆਂ ਵੀ ਬਾਹਰੋਂ ਈਮੇਲ ਸੰਦੇਸ਼ ਸਾਨੂੰ ਮਿਲਦੇ ਨੇ ਉਹ ਇਨਬਾਕਸ ਨਾ ਦੇ ਫੋਲਡਰ ਦੇ ਵਿੱਚ ਮਿਲਦੇ ਨੇ ਔਰ ਇਹਦੇ ਤੇ ਕਲਿੱਕ ਕਰਕੇ ਤੁਸੀਂ ਉਹਨਾਂ ਈਮੇਲਾਂ ਨੂੰ ਪੜ੍ਹ ਸਕਦੇ ਹੋ ਜਿਹੜੀਆਂ ਬਾਹਰੋਂ ਆਈਆਂ ਨੇ ਜਦੋਂ ਤੁਸੀਂ ਦੋਸਤੋ ਡਰਾਫਟ ਤੋਂ ਕਿਸੇ ਵੀ ਮੈਸੇਜ ਨੂੰ ਕੱਢਣਾ ਹੈ ਯਾਨੀ ਕਿ ਉਹਨੂੰ ਪਰਮਾਨੈਂਟ ਸੈਂਡ ਕਰਨਾ ਹੈ ਤੋ ਸੈਂਡ ਕਰਨ ਤੋਂ ਬਾਅਦ ਇਹ ਯਕੀਨੀ ਬਣਾਣਾ ਕਿ ਅਗਲੇ ਨੂੰ ਉਹ ਡਿਲੀਵਰ ਹੋ ਗਿਆ ਕਿ ਨਹੀਂ ਉਹਦੇ ਲਈ ਤੁਸੀਂ ਸੈਂਟ ਆਈਟਮਸ ਦੇ ਵਿੱਚ ਆ ਕੇ ਇਸ ਚੀਜ਼ ਦੀ ਪੁਸ਼ਟੀ ਕਰ ਸਕਦੇ ਹੋ ਕਿ ਈਮੇਲ ਪਹੁੰਚੀ ਜਾ ਚੁੱਕੀ ਹੈ ਜਾਂ ਨਹੀਂ ਲੋ ਦੋਸਤੋ ਉਮੀਦ ਹੈ ਕਿ ਇਹ ਸਵਾਲ ਤੁਹਾਨੂੰ ਸਮਝ ਆ ਗਿਆ ਹੋਣਾ ਅੱਗੇ ਦੇਖਦੇ ਹਾਂ ਸਵਾਲ ਨੰਬਰ 2 ਵੈਨ ਵਾਸ ਆਈਟੀ ਐਕਟ ਇੰਟਰੋਡਿਊਸਡ ਸੋ ਆਈਟੀ ਐਕਟ ਜਿਹੜਾ ਕਿ ਸਾਈਬਰ ਐਕਟ ਕਾਦੋਂ ਇੰਟਰੋਡਿਊਸ ਕੀਤਾ ਗਿਆ ਕਦੋਂ ਸ਼ੁਰੂ ਕੀਤਾ ਗਿਆ ਦੋਸਤੋ 2000 ਦੇ ਵਿੱਚ ਸਨ 2000 ਦੇ ਵਿੱਚ ਇਹ ਇੰਟਰੋਡਿਊਸ ਕੀਤਾ ਗਿਆ ਇੰਪਲੀਮੈਂਟ ਕੀਤਾ ਗਿਆ ਕਿਉਂਕਿ ਸਾਈਬਰ ਦੀ ਦੁਨੀਆ ਦੇ ਵਿੱਚ ਬਹੁਤ ਸਾਰੇ ਫਰਾਡ ਹੋਣੇ ਸ਼ੁਰੂ ਹੋ ਗਏ 2008 ਦੇ ਵਿੱਚ ਬਾਅਦ ਵਿੱਚ ਇਹ ਐਕਟ ਆਪਾਂ ਦੇਖਦੇ ਹਾਂ ਕਿ ਇਸ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਸੋਧ ਕੀਤੀ ਗਈ ਸੋ ਬਾਕੀ ਜਿਹੜੇ ਦੋਨੇ ਸਾਲ ਨੇ ਉਹ ਦੋਨੇ ਹੀ ਆਈਟੀ ਐਕਟ ਦੇ ਨਾਲ ਸੰਬੰਧਤ ਨਹੀਂ ਨੇ ਸੋ ਯਾਦ ਰੱਖਣਾ ਹੈ ਕਿ 2000 ਦੇ ਵਿੱਚ ਇਹ ਜਿਹੜਾ ਐਕਟ ਸੀ ਕਾਨੂੰਨ ਬਣਾਇਆ ਗਿਆ 2008 ਦੇ ਵਿੱਚ ਇਸ ਵਿੱਚ ਸੋਧ ਕੀਤੀ ਗਈ ਸਵਾਲ ਨੰਬਰ 3 ਹੈ ਜੀ ਐਨ ਈਮੇਲ ਐਡਰੈਸ ਕੰਟੇਨ ਆ ਸਿੰਬਲ ਸੋ ਈਮੇਲ ਅਡਰੈਸ ਦੇ ਵਿੱਚ ਕਿਹੜਾ ਸਿੰਬਲ ਹੁੰਦਾ ਹੈ ਸੋ ਦੋਸਤੋ ਮੈਂ ਇੱਥੇ ਤੁਹਾਨੂੰ ਲਿਖ ਕੇ ਦਿਖਾ ਦਿੰਦਾ ਕਿ ਜਿਵੇਂ ਮੇਰੀ ਈਮੇਲ ਆਈਡੀ ਹੈ ਕਾ ਮ ਬੋ ਜੀ ਸੀ ਪੀ ਦੀ ਰੇਟ ਜੀਮੇਲ .com ਤੋ ਯਾਦ ਰੱਖਣਾ ਈਮੇਲ ਦੇ ਵਿੱਚ ਸਾਰੇ ਅੱਖਰ ਇੱਕ ਤਰ੍ਹਾਂ ਛੋਟੇ ਹੋਣੇ ਚਾਹੀਦੇ ਨੇ ਕੋਈ ਸਪੇਸ ਨਹੀਂ ਹੋਣੀ ਚਾਹੀਦੀ ਵਿੱਥ ਕਿਸੇ ਤਰ੍ਹਾਂ ਦੀ ਨਹੀਂ ਹੋਣੀ ਚਾਹੀਦੀ ਔਰ ਉਹਦੇ ਵਿੱਚ ਐਟ ਦੀ ਰੇਟ ਜਿਹੜਾ ਸਿੰਬਲ ਹੈ ਉਹ ਯੂਜ਼ ਹੋਣਾ ਚਾਹੀਦਾ ਔਰ ਆਖੀਰ ਦੇ ਉੱਤੇ ਡੋਮੇਨ ਨੇਮ ਹੋਣਾ ਚਾਹੀਦਾ ਜਿਸ ਕੰਪਨੀ ਤੋਂ ਤੁਸੀਂ ਈਮੇਲ ਬਣਾ ਰਹੇ ਹੋ ਸੋ ਇਹਦਾ ਮਤਲਬ ਇਹਦੇ ਵਿੱਚ ਅਸੀਂ ਕਿਹੜਾ ਸਿੰਬਲ ਜਿਹੜਾ ਹੈ ਯੂਜ਼ ਕਰਦੇ ਹਾਂ ਈਮੇਲ ਦੇ ਵਿੱਚ ਤੁਸੀਂ ਆਨਸਰ ਸਾਡੇ ਕੋਲੇ கரੈਕਟ ਆਨਸਰ ਹੈ ਸੋ ਐਮ ਪਰਸੈਂਟ ਸਟਾਰ ਤੇ ਹੈਸ਼ ਦੀ ਵਰਤੋਂ ਅਸੀਂ ਇੱਥੇ ਨਹੀਂ ਕਰਦੇ ਦੋਸਤੋ ਸਵਾਲ ਨੰਬਰ 4 ਹੈ ਡਿਊ ਟੂ 호ਸਟ ਫੇਲਰ ਵਿਚ ਟੋਪੋਲੋਜੀ ਵਿਲ ਸਟਾਪ देयर ਵਰਕਿੰਗ ਮਤਲਬ ਇਹ ਹੈ ਕਿ ਜੇ 호ਸਟ ਫੇਲ ਹੋ ਜਾਵੇ ਮੇਨ ਕੰਪਿਊਟਰ ਜਿਹੜਾ ਕਿਸੇ ਟੋਪੋਲੋਜੀ ਦੇ ਵਿੱਚ ਨੈਟਵਰਕ ਦੇ ਲੱਗਿਆ ਹੋਇਆ ਉਹਨੂੰ ਅਸੀਂ 호ਸਟ ਕਹਿੰਦੇ ਆ ਜੋ ਫੇਲ ਹੋ ਜਾਵੇ ਤਾਂ ਕਿਹੜੀ ਟੋਪੋਲੋਜੀ ਹੈ ਜਿਹੜੀ ਕੰਮ ਕਰਨਾ ਸਟਾਪ ਕਰ ਦਿੰਦੀ ਹੈ ਆਪਣੀ ਵਰਕਿੰਗ ਦੇ ਵਿੱਚ ਰੁਕਾਵਟ ਪਾ ਲੈਂਦੀ ਹੈ ਸੋ ਉਹਦੇ ਲਈ ਅਸੀਂ ਇੱਕ ਇੱਕ ਕਰਕੇ ਸਾਰੀਆਂ ਟੋਪੋਲੋਜੀਜ਼ ਦੇ ਬਾਰੇ ਦੇਖਣਾ ਹੋਏਗਾ ਸਟਾਰ ਟੋਪੋਲੋਜੀ ਦੇ ਵਿੱਚ ਇਸ ਤਰ੍ਹਾਂ ਕੰਪਿਊਟਰ ਇੱਕ ਸੈਂਟਰਲ ਕੰਪਿਊਟਰ ਦੇ ਨਾਲ ਇਸ ਤਰ੍ਹਾਂ ਜੁੜੇ ਹੁੰਦੇ ਨੇ ਸੈਂਟਰਲ ਕੰਪਿਊਟਰ ਜਿਹੜਾ ਹੁੰਦਾ ਉਸ ਨੂੰ ਅਸੀਂ 호ਸਟ ਕਹਿੰਦੇ ਆ 호ਸਟ ਦੂਜੇ ਪਾਸੇ ਸਾਡੇ ਕੋਲ ਰਿੰਗ ਟੋਪੋਲੋਜੀ ਹੈ ਜਿਹਦੇ ਵਿੱਚ ਸਾਰੇ ਕੰਪਿਊਟਰ ਇੱਕ ਰਿੰਗ ਦੀ ਸ਼ੇਪ ਦੇ ਵਿੱਚ ਆਪਸ ਵਿੱਚ ਦੋ ਦੋ ਥਾਵਾਂ ਦੇ ਉੱਤੇ ਜੁੜੇ ਹੁੰਦੇ ਨੇ ਬਸ ਟੋਪੋਲੋਜੀ ਦੇ ਵਿੱਚ ਇੱਕ ਲੰਬੀ ਲਾਈਨ ਦੇ ਨਾਲ ਅਲੱਗ-ਅਲੱਗ ਕੰਪਿਊਟਰ ਜਿਹੜੇ ਨੇ ਉਹ ਜੁੜੇ ਹੁੰਦੇ ਨੇ ਸੋ ਤਿੰਨਾ ਜਿਹੜੀਆਂ ਟੋਪੋਲੋਜੀਸ ਨੇ ਸਟਾਰ ਰਿੰਗ ਤੇ ਬਸ ਦੀ ਮੈਂ ਫੋਟੋ ਬਣਾ ਦਿੱਤੀ ਜਿਹੜੀ ਕਾਰ ਟੋਪੋਲੋਜੀ ਹੈ ਇਹ ਤਾਂ ਇਸ ਚੀਜ਼ ਨਾਲ ਸੰਬੰਧਿਤ ਹੀ ਨਹੀਂ ਹੈ ਸੋ ਕਾਰ ਨਾ ਦੀ ਕੋਈ ਟੋਪੋਲੋਜੀ ਨਹੀਂ ਹੁੰਦੀ ਸੋ ਇਹਨਾਂ ਚ ਅਸੀਂ ਆਪਾਂ ਦੇਖਣਾ ਹੈ ਕਿ ਮੇਨ ਹੌਸ ਜਿਹੜਾ ਕੰਪਿਊਟਰ ਹੈ ਜੋ ਫੇਲ ਹੋ ਜਾਵੇ ਤੇ ਕਿਹੜੀ ਟੋਪੋਲੋਜੀ ਕੰਮ ਕਰਨਾ ਬੰਦ ਕਰ ਦਿੰਦੀ ਹੈ ਤਾਂ ਤੁਸੀਂ ਦੇਖ ਰਹੇ ਹੋ ਕਿ ਇਹਦੇ ਵਿੱਚ ਜਿਹੜੀ ਸਟਾਰ ਟੋਪੋਲੋਜੀ ਇਹਦੇ ਵਿੱਚ 호ਸਟ ਯੂਜ਼ ਹੁੰਦਾ ਹੈ ਜੇ 호ਸਟ ਕੰਪਿਊਟਰ ਦੇ ਥਰੂ ਹੋ ਕੇ ਸਾਰੇ ਕੰਪਿਊਟਰਾਂ ਦਾ ਕਨੈਕਸ਼ਨ ਬਣਿਆ ਹੈ ਤੇ ਜੇ 호ਸਟ ਹੀ ਫੇਲ ਹੋ ਜਾਏਗਾ ਤਾਂ ਸਾਰੇ ਕੰਪਿਊਟਰ ਕੰਮ ਕਰਨਾ ਬੰਦ ਕਰ ਦੇਣਗੇ ਇਸ ਕਰਕੇ ਇਹ ਜਿਹੜੀ ਆਪਸ਼ਨ ਉਹ ਸਾਡੇ ਕੋਲ ਕਰੈਕਟ ਆਪਸ਼ਨ ਹੈ ਸਵਾਲ ਨੰਬਰ 5 which is the file extension of ms excel so microsoft excel ਜਿਹੜਾ ਹੈ ਉਹਦੀ ਐਕਸਟੈਂਸ਼ਨ ਕੀ ਹੁੰਦੀ ਹੈ ਭਾਵ ਇਹ ਕਿ ਜਦੋਂ ਤੁਸੀਂ ਐਕਸਲ ਦੀ ਫਾਈਲ ਬਣਾਉਂਦੇ ਹੋ ਸੇਵ ਕਰਦੇ ਹੋ ਮੰਨ ਲਓ ABC ਦੇ ਨਾਲ ਨਾਲ ਸੇਵ ਕਰਦੇ ਹੋ ਤਾਂ ਉਹਦੇ ਨਾਲ ਐਕਸਟੈਂਸ਼ਨ ਜਿਹੜੇ ਆਪਣੇ ਆਪ ਪੈ ਜਾਂਦੀ ਉਹ XLS ਪੈਂਦੀ ਹੈ ਤੇ ਜੇ ਨਵਾਂ ਵਰਜਨ ਹੈ ਐਕਸਲ ਦਾ ਤੇ ਨਾਲ XV ਲੱਗ ਜਾਂਦਾ ਹੈ ਫਿਲਹਾਲ ਇਹਨਾਂ ਦੇ ਵਿੱਚੋਂ ਸਾਡੇ ਕੋਲ ਆਪਸ਼ਨ B ਜਿਹੜੀ ਹੈ ਉਹ கரੈਕਟ ਆਪਸ਼ਨ ਹੈ EXE ਇਹ ਆਪਸ਼ਨ ਵੀ ਫਾਈਲਾਂ ਦੇ ਨਾਲ ਲੱਗੀ ਹੁੰਦੀ ਹੈ ਇਹਦਾ ਮਤਲਬ ਹੁੰਦਾ ਹੈ एग्जी क्यूटेबल फाइल यानी कि वो फाइल जड़ी ਤੁਹਾਡੇ ਕੰਪਿਊਟਰ ਦੇ ਉੱਪਰ ਆਪਣੇ ਆਪ ਰਨ ਹੋ ਜਾਂਦੀ ਹੈ ਐਗਜ਼ੀਕਿਊਟ ਹੋ ਜਾਂਦੀ ਉਹਨੂੰ ਅਸੀਂ ਐਕਐਕਐ ਫਾਈਲ ਕਹਿੰਦੇ ਹਾਂ ਪੀਪੀਟੀ ਜਿਹੜੀ ਸਾਡੇ ਕੋਲ ਫਾਈਲ ਐਕਸਟੈਂਸ਼ਨ ਹੈ ਉਹ ਪਾਵਰਪੁਆਇੰਟ ਦੀਆਂ ਫਾਈਲਾਂ ਦੇ ਲਈ ਵਰਤੀ ਜਾਂਦੀ ਹੈ ਪਾਵਰਪੁਆਇੰਟ ਦੇ ਲਈ ਔਰ ਪੀਐਸਟੀ ਕੋਈ ਵੀ ਫਾਈਲ ਦੀ ਐਕਸਟੈਂਸ਼ਨ ਨਹੀਂ ਆਇਥੇ ਜਾਣ ਬੁਝ ਕੇ ਗਲ ਦਿੱਤਾ ਗਿਆ ਸੋ ਸਾਨੂੰ ਸਮਝ ਆ ਗਿਆ ਹੋਣਾ ਕਿ ਐਮ ਐਸ ਐਕਸਲ ਦੀ ਐਕਸਟੈਂਸ਼ਨ ਕੀ ਹੈ ਅੱਗੇ ਦੋਸਤੋ ਦੇਖਦੇ ਹਾਂ 6ਵਾਂ ਸਵਾਲ 6ਵੇਂ ਸਵਾਲ ਦੇ ਵਿੱਚ ਪੁੱਛਿਆ ਗਿਆ ਵਿਚ ਕਮਾਂਡ ਕੈਨ ਬੀ ਯੂਜ਼ਡ ਟੂ ਕ੍ਰੀਏਟ ਦਾ ਡਿਸਕ ਟਰੈਕ ਐਂਡ ਸੈਕਟਰ ਦੋਸਤੋ 플ੋਪੀ ਡਿਸਕ ਦੇ ਵਿੱਚ ਜਾਂ ਹਾਰਡ ਡਿਸਕ ਦੇ ਵਿੱਚ ਜਿਹੜੇ ਪਲੇਟਰਸ ਹੁੰਦੇ ਨੇ ਇਹਨਾਂ ਪਲੇਟਰਸ ਦੇ ਵਿੱਚ ਕੀ ਹੁੰਦਾ ਕਿ ਇਸ ਤਰ੍ਹਾਂ ਦਾ ਗੋਲ ਪਲੇਟ ਹੁੰਦੀ ਹੈ ਔਰ ਇਸ ਪਲੇਟਰਸ ਦੇ ਉੱਤੇ ਡਾਟਾ ਸੇਵ ਕਰਨਾ ਜਦੋਂ ਪਹਿਲੀ ਵਾਰ ਜਦੋਂ ਨਵੀਂ ਹਾਰਡ ਡਿਸਕ ਦੇ ਉੱਤੇ ਜਾਂ ਨਵੀਂ ਫਲੋਪੀ ਦੇ ਉੱਤੇ ਡਾਟਾ ਸੇਵ ਕਰਨਾ ਹੈ ਤਾਂ ਸੇਵ ਕਰਨ ਦੇ ਲਈ ਕੁਝ ਕੰਮ ਕਰਨਾ ਪੈਂਦਾ ਹੈ ਜਿਵੇਂ ਤੁਸੀਂ ਕੋਈ ਕਾਪੀ ਬਾਜ਼ਾਰ ਦੇ ਵਿੱਚੋਂ ਸਾਫ਼ ਕਾਗਜ਼ ਜਾਂ ਕਾਪੀ ਲੈ ਕੇ ਆਉਂਦੇ ਹੋ ਤੇ ਉਹਨੂੰ ਲਿਖਣ ਲਈ ਜਦੋਂ ਤਿਆਰ ਕਰਨਾ ਹੈ ਤਾਂ ਤੁਸੀਂ ਉਹਦੇ ਉੱਤੇ ਲਾਈਨਾਂ ਮਾਰ ਲੈਂਦੇ ਹੋ ਇਸੇ ਤਰ੍ਹਾਂ ਹਾਰਡ ਡਿਸਕ ਦੇ ਪਲੇਟ ਦੇ ਉੱਤੇ ਜਾਂ 플ੋਪੀ ਡਿਸਕ ਦੇ ਉੱਤੇ ਜਦੋਂ ਤੁਸੀਂ ਰਿਕਾਰਡਿੰਗ ਕਰਨੀ ਹੈ ਤਾਂ ਉਹਨੂੰ ਤਿਆਰ ਕਰਨ ਦੇ ਲਈ ਉਹਦੇ ਉੱਤੇ ਲਾਈਨਾਂ ਮਾਰੀਆਂ ਜਾਂਦੀਆਂ ਨੇ ਸਮ ਕੇਂਦਰੀ ਅਸੀਂ ਇੱਕ ਟਰੈਕ ਬਣਾਉਂਦੇ ਹਾਂ ਜਿਨ੍ਹਾਂ ਦਾ ਕੇਂਦਰ ਇੱਕੋ ਹੈ ਔਰ ਉਸ ਕੇਂਦਰ ਤੋਂ ਨਿਕਲ ਕੇ ਐਦਾਂ ਐਦਾਂ ਸਾਡੇ ਕੋਲ ਜਿਹੜੇ ਨੇ ਉਹ ਟਰੈਕ ਬਣਦੇ ਜਾਂਦੇ ਨੇ ਸੋ ਇਹ ਟਰੈਕ ਅੱਗੇ ਫਿਰ ਅਸੀਂ ਸੈਕਟਰਸ ਦੇ ਵਿੱਚ ਇਹਨਾਂ ਨੂੰ ਡਿਵਾਈਡ ਕਰ ਲੈਣੇ ਆ ਸੋ ਟਰੈਕ ਇਸ ਤੋਂ ਬਾਅਦ ਸਾਡੀ ਫਲੋਪੀ ਜਾਂ ਹਾਰਡ ਡਿਸਕ ਦੇ ਪਲੇਟਰ ਉਹਨਾਂ ਦੇ ਉੱਤੇ ਅਸੀਂ ਕੁਝ ਰਿਕਾਰਡ ਕਰ ਸਕਦੇ ਆ ਸੋ ਉਹ ਪ੍ਰੋਸੈਸ ਜਿਹਦੇ ਵਿੱਚ ਰਿਕਾਰਡਿੰਗ ਦੇ ਲਈ ਤਿਆਰ ਕੀਤਾ ਜਾਂਦਾ ਹੈ ਮੀਡੀਆ ਨੂੰ ਉਸ ਕਮਾਂਡ ਨੂੰ ਅਸੀਂ ਕਹਿੰਦੇ ਆ ਫਾਰਮੈਟ ਕਮਾਂਡ ਤੁਹਾਨੂੰ ਯਾਦ ਹੋਣਾ ਕਿ ਤੁਸੀਂ ਜਦੋਂ ਆ ਪੈਨ ਡਰਾਈਵ ਭਰੀ ਜਾਂਦੀ ਹੈ ਉਹਦੇ ਵਿੱਚ ਵਾਇਰਸ ਆ ਜਾਂਦਾ ਹੈ ਤੇ ਕੋਈ ਕਹਿ ਦਿੰਦਾ ਕਿ ਇਹਨੂੰ ਫਾਰਮੈਟ ਮਾਰ ਦਿਓ ਫਾਰਮੈਟ ਮਾਰਨ ਦਾ ਮਤਲਬ ਹੈ ਕਿ ਪੁਰਾਣਾ ਡਾਟਾ ਡਿਲੀਟ ਹੋ ਜਾਂਦਾ ਹੈ ਤੇ ਨਵੇਂ ਜਿਹੀਓ ਲਿਖਣ ਦੇ ਜਾਂ ਰਿਕਾਰਡ ਕਰਨ ਦੇ ਯੋਗ ਬਣ ਜਾਂਦੀ ਹੈ ਸੋ ਇਸ ਕਮਾਂਡ ਦੀ ਵਰਤੋਂ ਜਿਹੜੀ ਹੈ ਫਾਰਮੈਟ ਦੀ ਅਸੀਂ ਕਰਦੇ ਆ ਅਲੱਗ-ਅਲੱਗ ਸਟੋਰੇਜ ਡਿਵਾਈਸਾਂ ਨੂੰ ਫਾਰਮੈਟ ਕਰਨ ਲਈ ਯਾਨੀ ਕਿ ਰਿਕਾਰਡਿੰਗ ਦੇ ਲਈ ਤਿਆਰ ਕਰਨ ਲਈ ਬਾਕੀ ਆਪਸ਼ਨ ਦੇਖਦੇ ਆ ਕਾਪੀ ਕਮਾਂਡ ਸਾਨੂੰ ਪਤਾ ਹੈ ਕਿ ਕੰਟਰੋਲ プラス सी ਦੇ ਨਾਲ ਕਾਪੀ ਕਮਾਂਡ ਲਈਦੀ ਹੈ ਚੈੱਕ ਡਿਸਕ ਜਿਹੜੀ ਕਮਾਂਡ ਹੈ ਚੈੱਕ ਡਿਸਕ ਦਾ ਇਸਤੇਮਾਲ ਅਸੀਂ ਡਿਸਕ ਨੂੰ ਹਾਰਡ ਡਰਾਈਵ ਨੂੰ ਚੈੱਕ ਕਰਨ ਦੀ ਲਈ ਵਰਤਦੇ ਆ ਐਟਰੀਬ ਕਮਾਂਡ ਦਾ ਪੂਰਾ ਨਾਮ ਹੈ ਐਟਰੀ ਬਿਊਟਸ ਸੋ ਫਾਈਲ ਦੇ ਐਟਰੀਬਿਊਟਸ ਕਈ ਤਰ੍ਹਾਂ ਦੇ ਹੁੰਦੇ ਨੇ ਜਿਵੇਂ ਕਿ ਕਿਸੇ ਫਾਈਲ ਨੂੰ ਤੁਸੀਂ ਹਿਡਨ ਕਰਨਾ ਜਾਂ ਸਿਰਫ ਰੀਡ ਓਨਲੀ ਕਰਨਾ ਹੈ ਤੁਸੀਂ ਚਾਹੁੰਦੇ ਹੋ ਕਿ ਦੂਸਤਾ ਵਿਅਕਤੀ ਇਸ ਨੂੰ ਰਾਈਟ ਨਾ ਕਰ ਸਕੇ ਸਿਰਫ ਰੀਡ ਕਰ ਸਕੇ ਤਾਂ ਸਾਨੂੰ ਉਸ ਫਾਈਲ ਦੇ ਐਟਰੀਬਿਊਟਸ ਵਰਤਦੇ ਹੋਣਗੇ ਉਸ ਦੇ ਐਟਰੀਬਿਊਟਸ ਚੇਂਜ ਕਰਨੇ ਹੋਣਗੇ ਸੋ ਐਟਰੀਬਿਊਟ ਚੇਂਜ ਕਰਨ ਦੇ ਲਈ ਸਾਡੇ ਕੋਲ ਕਮਾਂਡ ਡੋਸ ਦੇ ਵਿੱਚ ਯੂਜ਼ ਹੁੰਦੀ ਹੈ ਐਟਰੀਬ ਸੋ ਇਹ ਸੀ ਸਵਾਲ ਨੰਬਰ 6 ਸੱਤਵਾਂ ਸਵਾਲ ਹੈ ਜੀ ਫੈਟ ਸਟੈਂਡਸ ਫਾਰ ਜਿਹੜਾ ਸਾਡੇ ਕੋਲੇ ਐਫ ਏ ਟੀ ਹੈ ਫੈਟ స్టాండ్స్ ఫర్ ਇਹਦਾ ਪੂਰਾ ਨਾਮ ਕੀ ਹੈ ਦੋਸਤੋ ਇਹਦਾ ਪੂਰਾ ਨਾਮ ਹੁੰਦਾ ਹੈ ਜੀ ਫਾਈਲ ਅਲੋਕੇਸ਼ਨ ਟੇਬਲ ਸੋ ਫਾਈਲ ਅਲੋਕੇਸ਼ਨ ਟੇਬਲ ਇੱਕ ਮਹੱਤਵਪੂਰਨ ਟੇਬਲ ਹੁੰਦਾ ਜਿਹੜਾ ਫਲੋਪੀ ਤੇ ਹਾਰਡ ਡਿਸਕ ਦੇ ਲਈ ਵਰਤਿਆ ਜਾਂਦਾ ਹੈ ਇਹ ਇੱਕ ਤਰ੍ਹਾਂ ਦਾ ਫਾਈਲ ਸਿਸਟਮ ਹੈ ਜਿਹੜਾ ਮਾਈਕਰੋਸਾਫਟ ਨੇ ਬਣਾਇਆ ਹੈ ਫਾਈਲ ਅਲੋਕੇਸ਼ਨ ਟੇਬਲ ਇੱਕ ਅਲੱਗ ਤੋਂ ਟੇਬਲ ਹੁੰਦਾ ਜਿਸ ਵਿੱਚ ਲਿੰਕਡ ਲਿਸਟ ਕੀਤੀ ਜਾਂਦੀ ਹੈ ਯਾਨੀ ਕਿ ਤੁਹਾਡੀ ਹਾਰਡ ਡਿਸਕ ਦੇ ਵਿੱਚ ਕਿੱਥੇ-ਕਿੱਥੇ ਕਿਹੜਾ ਮੈਟਰ ਪਿਆ ਹੈ ਉਹਦੇ ਬਾਰੇ ਇੱਕ ਇੰਡੈਕਸ ਤਿਆਰ ਕਰ ਲਿਆ ਜਾਂਦਾ ਹੈ ਜਿਵੇਂ ਦੇਖੋ ਫਾਈਲ ਨੇਮ 8B ਇੱਕ ਫਾਈਲ ਦੀ ਲੋਕੇਸ਼ਨ ਹੈ 메모ਰੀ ਦਾ ਐਡਰੈਸ ਹੈ ਇਸ 8B ਦੇ ਉੱਤੇ ਫਾਈਲ ਦਾ ਨਾਮ ਸਾਂਭਿਆ ਹੋਇਆ ਹੈ ਔਰ ਐਕਸਟੈਂਸ਼ਨ ਉਹਦੀ 3B ਐਡਰੈਸ ਦੇ ਉੱਤੇ ਸੇਵ ਕੀਤੀ ਹੋਈ ਹੈ ਉਹਦੇ ਐਟਰੀਬਿਊਟ ਕੀ ਉਹਨੂੰ ਰੀਡ ਕਰਨਾ ਹੈ ਜਾਂ ਉਹਨੂੰ ਹਿਡਨ ਕੀਤਾ ਹੋਇਆ ਹੈ ਉਹਦੇ ਬਾਰੇ ਜਾਣਕਾਰੀ 1B ਦੇ ਉੱਤੇ ਪਈ ਹੈ ਇਸੇ ਤਰ੍ਹਾਂ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਨੇ ਅਲੱਗ-ਅਲੱਗ ਲੋਕੇਸ਼ਨ ਦੇ ਉੱਤੇ ਪਾਈਆਂ ਨੇ ਉਹ ਜੇ ਸਾਡੇ ਕੋਲੇ ਫੈਟ ਟੇਬਲ ਨਾ ਹੋਵੇ ਤੇ ਸਾਰੀਆਂ ਚੀਜ਼ਾਂ ਰੁੱਲ ਜਾਣਗੀਆਂ ਯੂਜ਼ਰ ਨੂੰ ਜਦੋਂ ਵੀ ਉਹ ਫਾਈਲ ਓਪਨ ਕਰਨ ਦੇ ਲਈ ਕੰਪਿਊਟਰ ਨੂੰ ਕਹਵੇਗਾ ਯੂਜ਼ਰ ਤਾਂ ਉਸ ਨੂੰ ਉਹ ਫਾਈਲ ਨਹੀਂ ਮਿਲੇਗੀ ਸੋਸ ਕਰਕੇ ਇੱਕ ਅਸੀਂ ਲਿੰਕਡ ਲਿਸਟ ਬਣਾ ਲੈਨੇ ਆ ਫਾਈਲ ਅਲੋਕੇਸ਼ਨ ਟੇਬਲ ਬਣਾ ਲੈਨੇ ਆ ਬਿਲਕੁਲ ਉਸੇ ਤਰ੍ਹਾਂ ਜਿਵੇਂ ਤੁਸੀਂ ਕਿਸੇ ਕਿਤਾਬ ਦੇ ਸ਼ੁਰੂ ਦੇ ਵਿੱਚ ਇੰਡੈਕਸ ਦੇਖਦੇ ਹੋ ਇੰਡੈਕਸ ਤੋਂ ਪਤਾ ਲੱਗਦਾ ਹੈ ਕਿ ਕਿਹੜਾ ਨੰਬਰ ਜਿਹੜਾ ਆਰਟੀਕਲ ਹੈ ਜਾਂ ਕਿਹੜਾ ਚੈਪਟਰ ਕਿੰਨੇ ਨੰਬਰ ਪੇਜ ਤੇ ਹੈ ਸੋ ਉੱਥੇ ਜਾਣਾ ਸਾਨੂੰ ਸੌਖਾ ਹੋ ਜਾਂਦਾ ਹੈ ਉਸੇ ਤਰ੍ਹਾਂ ਹੀ ਕੰਪਿਊਟਰ ਆਪਣੇ ਕੰਮ ਨੂੰ ਆਸਾਨ ਬਣਾਉਣ ਦੇ ਲਈ ਫਾਈਲ ਅਲੋਕੇਸ਼ਨ ਟੇਬਲ ਦਾ ਇਸਤੇਮਾਲ ਕਰਦਾ ਹੈ ਸੋ ਬਾਕੀ ਜਿਹੜੀਆਂ ਆਪਸ਼ਨ ਨੇ ਉਹ ਇਹਦੇ ਨਾਲ ਸੰਬੰਧਿਤ ਜਾਇਦੇ ਨਾਲ ਟੁਕਵੀਆਂ ਨਹੀਂ ਨੇ ਸੋ ਸੀ ਆਨਸਰ ਸਾਡੇ ਕੋਲ ਸਹੀ ਹੈ 8ਵਾਂ ਸਵਾਲ ਹੈ ਜੀ which is not an internet protocol ਕਿਹੜਾ ਇੰਟਰਨੈਟ ਪ੍ਰੋਟੋਕੋਲ ਨਹੀਂ ਹੈ ਸੋ ਇੰਟਰਨੈਟ ਪ੍ਰੋਟੋਕੋਲ ਤੁਹਾਨੂੰ ਦੱਸੇ ਸੀ ਕਿ ਕੁਝ ਨਿਯਮ ਹੁੰਦੇ ਨੇ ਇੰਟਰਨੈਟ ਦੇ ਉੱਤੇ ਚੱਲਣ ਲਈ ਪਹਿਲਾ ਨਿਯਮ ਸਾਡੇ ਕੋਲੇ FTP ਜਿਹਦਾ ਪੂਰਾ ਨਾਮ ਹੈ ਸਾਡੇ ਕੋਲ ਫਾਈਲ ਟਰਾਂਸਫਰ ਪ੍ਰੋਟੋਕੋਲ ਦੂਸਰਾ HTTP ਹੈ ਮਤਲਬ ਹਾਈਪਰ ਟੈਕਸਟ ਟਰਾਂਸਫਰ ਪ੍ਰੋਟੋਕੋਲ ਤੀਸਰਾ ਸਾਡੇ ਕੋਲ ਯੂਪੀਐਸ ਹੈ ਯੂਪੀਐਸ ਦਾ ਮਤਲਬ ਹੁੰਦਾ ਜੀ ਅਨਟਰਫ ਟੇਬਲ ਪਾਵਰ ਸਪਲਾਈ ਪਾਵਰ ਸਪਲਾਈ ਔਰ ਚੌਥਾ ਸਾਡੇ ਕੋਲ ਹੈ ਯੂਡੀਈ ਜਦੀ ਫੁੱਲ ਫਾਰਮ ਥੱਲੇ ਲਿਖੀ ਹੋਈ ਹੈ ਯੂਜ਼ਰ ਡਾਟਾ ਡਾਟਾ ਗ੍ਰਾਮ ਪ੍ਰੋਟੋਕਾਲ ਟੂ ਡਾਟਾ ਗ੍ਰਾਮ ਦਾ ਮਤਲਬ ਹੈ ਕਿ ਡਾਟਾ ਜਿਹੜਾ ਪੈਕੇਟਸ ਦੇ ਰੂਪ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਜਾਂਦਾ ਉਹਦੇ ਵਿੱਚ ਕੋਈ ਲੌਸਿਸ ਨਾ ਹੋ ਜਾਣ ਉਹਨਾਂ ਨੂੰ ਹੈਂਡਲ ਕਰਨ ਦੇ ਲਈ ਜਿਹੜਾ ਪ੍ਰੋਟੋਕਾਲ ਯੂਜ਼ ਹੁੰਦਾ ਉਹਨੂੰ ਅਸੀਂ ਯੂਡੀਪੀ ਕਹਿੰਦੇ ਆ ਸੋ ਫਿਲਹਾਲ ਏ ਬੀ ਤੇ ਡੀ ਤਿੰਨੋਂ ਹੀ ਪ੍ਰੋਟੋਕਾਲ ਨੇ ਪਰ ਯੂਪੀਐਸ ਸਾਡੇ ਕੋਲ ਇੱਕ ਹਾਰਡ ਡਰਾਈਵ ਸਾਡੇ ਕੋਲ ਇੱਕ ਹਾਰਡਵੇਅਰ ਹੈ ਯੂਪੀਐਸ ਇੱਕ ਬਕਸੇ ਦੀ ਤਰ੍ਹਾਂ ਸਾਸੀਂ ਆਪਣੇ ਕੰਪਿਊਟਰ ਦੇ ਨਾਲ ਲਗਾ ਦਿੰਨੇ ਆ ਇਸ ਯੂਪੀਐਸ ਦਾ ਇਸਤੇਮਾਲ ਅਸੀਂ ਬੈਟਰੀ ਦੇ ਵਜੋਂ ਬੈਕਅਪ ਦੇਣ ਦੇ ਲਈ ਔਰ ਪਿੱਛੋਂ ਲਾਈਟ ਜਦੋਂ ਵੱਧ ਘਟ ਜਾਂਦੀ ਏ ਤੇ ਉੱਥੋਂ ਸੁਰੱਖਿਆ ਦੇਣ ਦੇ ਲਈ ਆਪਣੇ ਕੰਪਿਊਟਰ ਦੇ ਨਾਲ ਕਰ ਦਿਆ ਫਿਲਹਾਲ ਜੇ ਸਾਡੇ ਕੋਲ ਅੱਜਕੱਲ ਇਨਵਰਟਰ ਜੇ ਯੂਪੀਐਸ ਫੰਕਸ਼ਨ ਵਾਲੇ ਆ ਗਏ ਨੇ ਤੇ ਉਹਦਾ ਫੰਕਸ਼ਨ ਵਾਲਾ ਬਟਨ ਜੇ ਯੂਪੀਐਸ ਵਾਲਾ ਆਨ ਕਰਕੇ ਰੱਖੀਏ ਤੇ ਸਾਨੂੰ ਯੂਪੀਐਸ ਦੀ ਲੋਡ ਨਹੀਂ ਇਨਵਰਟਰ ਤੋਂ ਵੀ ਕੰਮ ਚਲਾ ਸਕਦੇ ਆ ਸਵਾਲ ਨੰਬਰ 9 ਹੈ ਜੀ the time command is used to display time command is used to display so time command the varton ki display karan de layi kiti jandi hai so dosto eh bahut dhyan den wala sawal hai so time command the varton assi ki cheez display karan de layi karde ha dosto is de layi answer jada hai ਅਹ ਸੀ ਆਪਸ਼ਨ ਜਿਹੜੀ ਹੈ கரੈਕਟ ਹੈ ਸਿਸਟਮ ਟਾਈਮ ਸਿਸਟਮ ਦਾ ਮਤਲਬ ਕੰਪਿਊਟਰ ਪੀਸੀ ਪੀਸੀ ਆਪਣਾ ਟਾਈਮ ਜਿਹੜਾ ਹੈ ਸਾਨੂੰ ਦਿਖਾ ਦਿੰਦਾ ਹੈ ਜੇ ਅਸੀਂ ਟਾਈਮ ਕਮਾਂਡ ਦੀ ਵਰਤੋਂ ਕਰੀਏ ਖਾਸ ਤੌਰ ਤੇ ਡੋਸ ਦੇ ਵਿੱਚ ਪਰ ਜਿਹੜਾ ਅਮਰੀਕਨ ਟਾਈਮ ਹੈ ਇਹ ਵੀ ਆਪਸ਼ਨ ਗਲਤ ਹੈ ਐਗਜ਼ੀਕਿਊਸ਼ਨ ਟਾਈਮ ਇੱਕ ਬਿਲਕੁਲ ਟਾਈਮ ਹੁੰਦਾ ਹੈ ਇੱਕ ਟਰਮ ਹੁੰਦੀ ਹੈ ਇਹਦਾ ਪਤਾ ਹੋਣਾ ਚਾਹੀਦਾ ਹੈ ਸੀਪੀਯੂ ਜਦੋਂ ਕੋਈ ਕੰਮ ਕਰਵਾਉਂਦਾ ਹੈ ਕੰਮ ਕਰਵਾਉਣ ਦੇ ਉੱਤੇ ਕਿੰਨਾ ਸਮਾਂ ਲਾਂਦਾ ਹੈ ਉਸ ਸਮੇਂ ਨੂੰ ਅਸੀਂ ਕਹਿੰਦੇ ਆ ਐਗਜ਼ੀਕਿਊਸ਼ਨ ਟਾਈਮ ਜਦੋਂ ਸਾਡਾ ਕੰਪਿਊਟਰ ਜਾਂ CPU ਕਿਸੇ ਕੰਮ ਨੂੰ ਕਰਵਾਉਣ ਤੇ ਕੋਈ ਸਮਾਂ ਲਗਾਉਂਦਾ ਹੈ ਉਸ ਸਮੇਂ ਨੂੰ ਅਸੀਂ ਐਗਜ਼ੀਕਿਊਸ਼ਨ ਟਾਈਮ ਕਹਿੰਦੇ ਆ ਪਰ ਸਿਸਟਮ ਟਾਈਮ ਜਿਹੜਾ ਹੈ ਉਹ ਕੰਪਿਊਟਰ ਵੱਲੋਂ ਦਿਖਾਇਆ ਜਾਂਦਾ ਹੈ ਲਗਾਤਾਰ ਸਾਨੂੰ ਸਿਸਟਮ ਦੇ ਉੱਤੇ ਨਜ਼ਰ ਆਉਂਦਾ ਹੈ ਉਹ ਸਿਸਟਮ ਟਾਈਮ ਨੂੰ ਸਹੀ ਡਿਸਪਲੇ ਕਰਨਾ ਹੋਵੇ ਤਾਂ DOS ਦੇ ਵਿੱਚ ਜਾ ਕੇ ਟਾਈਮ ਕਮਾਂਡ ਦੀ ਵਰਤੋਂ ਤੁਸੀਂ ਕਰ ਸਕਦੇ ਹੋ ਸੋ ਸੀ ਆਨਸਰ ਬਿਲਕੁਲ கரੈਕਟ ਹੈ ਲਾਸਟ ਕੁਐਸਚਨ ਹੈ ਜੀ 10ਵਾਂ ਵਿਚ ਐਕਸਟੈਂਸ਼ਨ ਇਜ਼ 기ਵਨ ਟੂ ਵਰਡ ਡਾਕੂਮੈਂਟ ਬਾਇ ਡਿਫਾਲਟ ਸੋ ਵਰਡ ਡਾਕੂਮੈਂਟ ਦੇ ਵਿੱਚ ਬਾਇ ਡਿਫਾਲਟ ਯਾਨੀ ਕਿ ਪਹਿਲਾਂ ਤੋਂ ਹੀ ਕਿਹੜੀ ਆਪਸ਼ਨ ਜਿਹੜੀ ਐਕਸਟੈਂਸ਼ਨ ਫਾਈਲ ਦਾ ਨਾਮ ਕਿਹੜਾ ਪਹਿਲਾਂ ਤੋਂ ਹੀ ਸੈੱਟ ਹੁੰਦਾ ਹੈ ਡੀਓਸੀ ਤੁਸੀਂ ਬਿਲਕੁਲ ਚੰਗੀ ਤਰ੍ਹਾਂ ਜਾਣਦੇ ਹੋ ਡਾਕੂਮੈਂਟ ਦਾ ਸ਼ਾਰਟ ਨਾਮ ਹੈ DOC ਤੁਸੀਂ ਕੋਈ ਫਾਈਲ ABC ਬਣਾਈ MS Word ਦੇ ਵਿੱਚ ਤੋਂ ਆਪਣੇ ਆਪ DOC ਐਕਸਟੈਂਸ਼ਨ ਲੱਗ ਜਾਏਗਾ ਜੇ ਤੁਹਾਡੇ ਕੋਲ ਨਵੇਂ ਵਰਜਨ ਦਾ ਤੁਹਾਡੇ ਕੋਲ MS Word ਹੈ ਤੇ DOCX ਲੱਗ ਜਾਏਗਾ ਇਸੇ ਤਰ੍ਹਾਂ ਹੀ Excel ਤੇ PowerPoint ਫਾਈਲਾਂ ਦੇ ਨਾਲ ਵੀ X ਦਾ ਇਸਤੇਮਾਲ ਕੀਤਾ ਜਾਂਦਾ ਹੈ X ਮੀਨ ਐਕਸਟੈਂਡਡ ਸੋ ਅਗਲੀ ਆਪਸ਼ਨ ਵੀ ਅਸੀਂ ਪੜ੍ਹ ਲੈਨੇ ਆ ਐਕਸਲ ਐਸ ਜਿਹੜੀ ਐਕਸਟੈਂਸ਼ਨ ਹੈ ਉਹ ਐਕਸਲ ਵਾਲੀਆਂ ਫਾਈਲ ਆਉਂਦੀ ਹੈ ਟੀ ਐਕਸ ਟੀ ਜਿਹੜੀ ਆਪਸ਼ਨ ਹੈ ਉਹ ਟੈਕਸਟ ਫਾਈਲ ਆਉਂਦੀ ਹੈ ਜਦੋਂ ਤੁਸੀਂ ਨੋਟ ਪੈਡ ਦੇ ਵਿੱਚ ਕੁਝ ਬਣਾਦੇ ਹੋ ਤਾਂ ਉਹ ਫਾਈਲ ਦੀ ਐਕਸਟੈਂਸ਼ਨ ਟੀ ਐਕਸ ਟੀ ਹੋਵੇਗੀ ਉਮੀਦ ਹੈ ਕਿ ਦਸੋਂ ਸਵਾਲ ਤੁਹਾਨੂੰ ਸਮਝ ਆ ਗਏ ਹੋਣੇ ਤੇ ਅਸੀਂ ਅਖੀਰ ਦੇ ਵਿੱਚ ਪਹੁੰਚਦੇ ਹਾਂ ਸਵਾਲ ਵੱਲ ਤੁਹਾਡੇ ਲਈ ਅੱਜ ਦੇ ਇਸ ਲੜੀ ਦੇ ਵਿੱਚ ਸਵਾਲ ਹੈ ਜੀ ਪਾਵਰਪੁਆਇੰਟ ਫਾਈਲ ਦੀ ਐਕਸਟੈਂਸ਼ਨ ਕੀ ਹੈ ਪਾਵਰਪੁਆਇੰਟ ਫਾਈਲ ਦੀ ਐਕਸਟੈਂਸ਼ਨ ਸਹੀ ਐਕਸਟੈਂਸ਼ਨ ਤੁਸੀਂ ਆਪਣਾ ਜਵਾਬ ਦੇ ਰੂਪ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਲਿਖਣਾ ਹੈ ਦੋਸਤੋ ਜੇ ਤੁਸੀਂ ਕੋਈ ਹੋਰ ਸਵਾਲ ਕਰਨਾ ਚਾਹੁੰਦੇ ਹੋ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਲਿਖਣਾ ਨਾ ਭੁੱਲਿਓ ਔਰ ਇਸ ਸਵਾਲ ਦੇ ਜਵਾਬ ਤੋਂ ਇਲਾਵਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਿਹੜਾ ਨੁਕਤਾ ਸਭ ਤੋਂ ਵੱਧ ਪਸੰਦ ਆਇਆ ਉਹਦੇ ਬਾਰੇ ਵੀ ਜਾਣਕਾਰੀ ਕਮੈਂਟ ਬਾਕਸ ਦੇ ਵਿੱਚ ਦਿਓ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਮੁਫਤ ਦੇ ਵਿੱਚ ਮਿਲਣ ਵਾਲੇ ਇਸ ਤਕਨੀਕੀ ਗਿਆਨ ਨੂੰ ਅਸੀਂ ਘਰ-ਘਰ ਪਹੁੰਚਦਾ ਕਰਵਾ ਸਕੀਏ ਚੈਨਲ ਦੇ ਉੱਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੁਣ ਸੀਪੀ ਕਮੋਦ ਨੂੰ ਦਿਓ ਇਜਾਜ਼ਤ ਜੈ ਹਿੰਦ